ਮਸਾਂ ਗੁਰਾਂ ਦੇ ਦੁਆਰੇ ਰੂਕ ਲੱਗਦਾ ਉਹ ਘਟੇ ਵਾਲ ਤੇ ਵਧਾ ਕੇ ਬੈਠੇ ਦਾੜੀਆਂ ਉਹ ਘਟੇ ਵਾਲ ਤੇ ਵਧਾ ਕੇ ਬੈਠੇ ਦਾੜੀਆਂ ਤੇ ਕੰਨਾਂ ਵਿੱਚ ਪਾਈਆਂ ਵਾਲੀਆਂ ਉਹ ਖੜੇ ਮੋੜਾਂ ਉੱਤੇ ਛੇੜਦੇ ਕੁਵਾਰੀਆਂ ਤੇ ਕਹਿੰਦੇ ਕਹਿ ਮਸਰਦਾਰੀਆਂThank you.
ਬਹੁਤ ਜ਼ਿਆਦਾ ਧੰਨਵਾਦ ਜੀ, ਇੰਨੀ ਹਾਜ਼ਰੀ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾੜੀ ਮਾਰਦੇ ਇੱਕ ਵਾਰੀ ਸਾਡੇ ਗੁਰਦਾਸ ਵਿਰਕਲੇ, ਜਿਹੜਾ ਸਮੇਂ ਦੇ ਵਿੱਚ ਨੇ ਕਿ ਆਪਣੇ ਆਪ ਹੀ ਕਲਾਕਾਰ ਕਹਿ ਦੇਵੇ ਵੀ ਬਾਈ ਜੀ ਬਹੁਤ ਹੋ ਗਿਆ, ਧੰਨਵਾਦ ਉਹਨਾਂ ਦਾ, ਬਹੁਤ ਬਹੁਤ ਮਿਹਰਬਾਨੀ। ਕਹਿੰਦੇ ਦੌਲਤ ਸ਼ੋਹਰਤ ਦੁਨੀਆਂ ਦੇ ਵਿੱਚ ਹਰ ਕੋਈ ਪਾ ਲੈਂਦਾ, ਪਰ ਇੱਜ਼ਤ ਤੇ ਸਰਦਾਰੀ ਬੜੀ ਕਮਾਉਣੀ ਔਖੀ ਆ। ਯਾਰ ਮਿਲਣਗੇ ਬਹੁਤੇ ਮਤਲਬ ਕੱਢਣ ਲਈ, ਪਰ ਖਰਿਆਂ ਦੀ ਯਾਰੀ ਸਿਰੇ ਚੜ੍ਹਾਉਣੀ ਔਖੀ ਆ। ਵਿੱਚ ਵਿਚੋਲਾ ਪਾ ਕੇ ਵਿਆਹ ਕਰਵਾਉਣਾ ਔਖਾ ਨਹੀਂ, ਕਰਿਆ ਜਿਸ ਨੂੰ ਪਿਆਰ ਹੋਏ ਮਿੱਤਰ ਵਿਆਹਣੀ ਔਖੀ ਆ। ਸ਼ਾਮੀ ਪੀ ਕੇ ਉਪਲੀ ਨਾਦਰ ਸ਼ਾਹ ਅਖਵਾਉਂਦਾ ਏ, ਤੜਕੇ ਵੇਲੇ ਘਰ ਵਾਲੀ ਚੁੱਪ ਕਰਾਉਣੀ ਔਖੀ ਆ, ਘਰ ਵਾਲੀ ਚੁੱਪ ਕਰਾਉਣੀ ਔਖੀ ਆ। ਬੁੱਢੀ ਉਮਰੇ ਤੁਰਗਿਆਂ ਦੇ ਦੁੱਖ ਸਹਿ ਹੋ ਜਾਂਦੇ ਨੇ, ਜੇ ਮਰ ਜੇ ਗੱਭਰੂ ਪੁੱਤ ਮਾਂ ਮੰਜਿਓ ਉਠਾਉਣੀ ਔਖੀ ਆ। ਇਨਕਲਾਬੀ ਬਣਨਾ ਬੇਸ਼ੱਕ ਸੌਖੀ ਗੱਲ ਨਹੀਂ, ਪਰ ਨੀਹਾਂ ਦੇ ਵਿੱਚ ਆਪਣੀ ਔਲਾਦ ਚਿਣਾਉਣੀ ਔਖੀ ਆ। ਜਿਸ ਦੇ ਅੱਖਰ ਵਾਹੇ ਉਹ ਇਤਿਹਾਸ ਬਣੇ ਪੰਨਾ, ਅਮਰੀਕ ਕਮਲੇ ਐਸੀ ਕਲਮ ਚਲਾਉਣੀ ਔਖੀ ਆ, ਕੁਲਵੰਤ ਉਪਲੀ ਐਸੀ ਗੱਲ ਸੁਣਾਉਣੀ ਔਖੀ ਆ। ਜਿਹਨਾਂ ਨੂੰ ਗੱਲ ਵੀ ਵਧੀਆ ਲੱਗੇ ਤਾਂ ਤਾੜੀ ਜ਼ਰੂਰ ਮਾਰ ਦਿਆ ਕਰੋ, ਕਿਉਂਕਿ ਇਹ ਡੋਜ਼ ਆ ਜਿਹੜੀ ਤੁਹਾਡੀ ਸਾਨੂੰ ਮਿਲ ਰਹੀ, ਇਹ ਸਾਨੂੰ ਤਾਕਤਵਰ ਬਣਾਉਂਦੀ ਹੈ, ਅੱਗੇ ਤਾਂ ਵਧੀਆ ਗੱਲਾਂ ਸੁਣਾਉਣ ਦੇ ਲਈ ਸਾਡਾ ਇਹ ਸਾਥ ਦਿੰਦੀ ਹੈ, ਬੜੀ ਮਿਹਰਬਾਨੀ। ਔਰ ਪੰਡਾਲ ਦੇ ਵਿੱਚ ਜਿੰਨੇ ਵੀ ਸੂਝਵਾਨ ਸਿਆਣੇ ਮਹਾਂਪੁਰਸ਼ ਬੈਠੇ ਆ, ਸੋ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਆ। ਬੱਚਿਆਂ ਲਈ ਆ, ਬੱਚਿਆਂ ਦਾ ਵੀ ਅਸੀਂ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕਰਦੇ ਹਾਂ। ਕਹਿੰਦੇ ਪਿਆਰ ਕਰਨ